ਆਇਆ ਬਹੁਤ ਲਜ਼ੀਜ਼ ਖਾਣਾ ਸੀ ਤੁਹਾਡੀ ਕੰਪਨੀ ਸੀ ਦੋਸਤਾਂ ਦੀ ਕੰਪਨੀ ਸੀ ਔਰ ਖਾਣਾ ਹੋਰ ਵੀ ਵਧੀਆ ਹੋ ਜਾਂਦਾ ਜੇ ਦੋਸਤਾਂ ਦੀ ਕੰਪਨੀ ਹੋਵੇ ਤੁਹਾਡਾ ਮੁਹੰਮਦ ਰਫੀ ਸਾਹਿਬ ਦਾ ਗਾਇਆ ਹੋਇਆ ਗੀਤ ਸੁਣਿਆ ਮੁਹੰਮਦ ਰਫੀ ਨੂੰ ਮੈਂ 1964 'ਚ ਬਣਿਆ ਸੀ ਬਿਹਾਈਂਡ ਦਾ ਸਟੇਜ ਜਦੋਂ ਸਾਊਥ ਵੱਲ ਆਏ ਸੀ ਬੜੇ ਬਹੁਤ ਇਹੋ ਜਿਹੇ ਸ਼ਰੀਫ ਬੰਦੇ ਸੀ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਮੈਂ ਖਾਣੇ ਦੀ ਗੱਲ ਕਰ ਰਿਹਾ ਆਈ ਵਾਜ਼ ਇਨ ਮੋਂਟਰੀਅਲ ਮੋਂਟਰੀਅਲ ਬੀ ਬੀ ਸੀ ਵਰਲਡ ਸਰਵਿਸ ਦੇ ਉੱਤੇ ਆਇਆ ਕਿ ਮੁਹੰਮਦ ਰਫੀ ਹੈਜ਼ ਡਾਈਡ ਔਰ ਮੇਜ਼ਬਾਨ ਨੇ ਸਾਡੇ ਨੇ ਬੜਾ ਵਧੀਆ ਖਾਣਾ ਸਜਾ ਕੇ ਰੱਖਿਆ ਸੀ ਲੇਕਿਨ ਐਸ ਸੂਨ ਐਜ਼ ਵੀ ਹਰਡ ਦ ਨਿਊਜ਼ ਕਿਸੇ ਨੇ ਖਾਣੇ ਨੂੰ ਹੱਥ ਨਹੀਂ ਲਾਇਆ ਇਹ ਇਹੋ ਜਿਹੀ ਮਤਲਬ ਮਿਕਨਤੀਸੀ ਖਿੱਚ ਸੀ ਮੁਹੰਮਦ ਰਫੀ ਵਿੱਚ ਐਨੀਵੇ ਅੱਜ ਤਾਂ ਦਿਨ ਹੈਗਾ ਸੋਹਣ ਰਾਹੀ ਸਾਹਿਬ ਦਾ ਸੋਹਣ ਰਾਹੀ ਇਜ਼ 80 ਈਅਰਸ ਓਲਡ ਔਰ ਓ ਬੀ ਈ ਨਾ ਯੂ ਸਰਪ੍ਰਾਈਜ਼ ਸੁਸ਼ਮਾ ਓ ਬੀ ਈ ਮੀਨਸ ਓਵਰ ਬਲੱਡੀ 80 ਰਾਹੀ ਸਾਹਿਬ ਬੜੇ ਸਾਡੇ ਪੁਰਾਣੇ ਦੋਸਤ ਨੇ ਐਂਡ ਮਾਈ ਬੈਸਟ ਵਿਸ਼ਿਜ਼ ਆਰ ਆਫ ਕੋਰਸ ਵਿਦ ਹਿਮ ਐਂਡ ਮੈਂ ਉਹਨੂੰ ਦੱਸਦਾ ਮੈਂ ਕਿਹਾ 100 ਜੀ ਅਤੇ ਜਦ ਹੋ ਗਏ ਨਾ ਫਿਰ ਟੈਲੀਗ੍ਰਾਮ ਆਏਗੀ ਕੁਈਨ ਦੀ ਯੂ ਗੋਟ ਟੂ ਵੇਟ ਫੋਰ ਦੈਟ ਐਂਡ ਈਵਨ ਬਿਯੋਂਡ ਤਾਂ ਦੋਸਤੋ ਮੈਂ ਰਾਜ ਸਾਹਿਬ ਤੁਹਾਡੇ ਵਾਸਤੇ ਇੱਕ ਨਜ਼ਮ ਲਿਖੀ ਹੈ ਹਾਂਜੀ ਮਿੱਤਰ ਪਿਆਰਾ ਯਾਰ ਹੈ ਸੋਹਣ ਰਾਹੀ ਮਿੱਤਰ ਪਿਆਰਾ ਯਾਰ ਹੈ ਸੋਹਣ ਰਾਹੀ ਸਭ ਨੂੰ ਕਰਦਾ ਪਿਆਰ ਹੈ ਸੋਹਣ ਰਾਹੀ ਜੇ ਤਾਲੀਆਂ ਹੋ ਜਾਣ ਤਾਂ ਜਦ ਤੱਕ ਜਰਾ ਲਾਈਵਲੀ ਹੋ ਜਾਂਦਾ ਨਾ ਇਹ ਵੀ ਪਤਾ ਲੱਗਦਾ ਕਿ ਸਾਰੇ ਜਾਗਦੇ ਨੇ ਮਿੱਤਰ ਪਿਆਰਾ ਯਾਰ ਹੈ ਸੋਹਣ ਰਾਹੀ ਕਿ ਸਭ ਨੂੰ ਕਰਦਾ ਪਿਆਰ ਹੈ ਸੋਹਣ ਰਾਹੀ ਅੱਸੀਆਂ ਦਾ ਨਹੀਂ ਲੱਗਦਾ ਸੋਹਣ ਰਾਹੀ ਅੱਸੀਆਂ ਦਾ ਨਹੀਂ ਲੱਗਦਾ ਸੋਹਣ ਰਾਹੀ 17 ਤੋਂ ਇਸ ਪਾਰ ਹੈ ਸੋਹਣ ਅੱਸੀਆਂ ਦਾ ਨਹੀਂ ਲੱਗਦਾ ਸੋਹਣ ਰਾਹੀ ਕਿ 17 ਤੋਂ ਇਸ ਪਾਰ ਹੈ ਸੋਹਣ ਰਾਹੀ ਕਿ ਯੋਗਾ ਕਰਦਾ ਰਾਮਦੇਵ ਦਾ ਚੇਲਾ ਯੋਗਾ ਡੇ ਵੀ ਹੈ ਨਾ ਇੰਟਰਨੈਸ਼ਨਲ ਯੋਗਾ ਡੇ ਮਲਹੋਤਰਾ ਸਾਹਿਬ ਕਿ ਯੋਗਾ ਕਰਦਾ ਰਾਮਦੇਵ ਦਾ ਚੇਲਾ ਰੋਜ਼ ਘਟਾਉਂਦਾ ਭਾਰ ਹੈ ਸੋਹਣ ਰਾਹੀ ਯੋਗਾ ਕਰਦਾ ਰਾਮਦੇਵ ਦਾ ਚੇਲਾ ਰੋਜ਼ ਘਟਾਉਂਦਾ ਭਾਰ ਹੈ ਸੋਹਣ ਰਾਹੀ ਤੋ ਸ਼ਹਿਰ ਹੈ ਚਮਨ ਜੀ ਉੱਚੀ ਗੱਲਾਂ ਕਰਦਾ ਸਾਹ ਨਹੀਂ ਲੈਂਦਾ ਉੱਚੀ ਗੱਲਾਂ ਕਰਦਾ ਸਾਹ ਨਹੀਂ ਲੈਂਦਾ ਉੱਚੀ ਗੱਲਾਂ ਕਰਦਾ ਸਾਹ ਨਹੀਂ ਲੈਂਦਾ ਡਾਢਾ ਤੇਜ਼ ਤਰਾਰ ਹੈ ਸੋਹਣ ਰਾਹੀ ਥੈਂਕ ਯੂ ਸ਼ੁਕਰੀਆ ਉੱਚੀ ਗੱਲਾਂ ਕਰਦਾ ਸਾਹ ਨਹੀਂ ਲੈਂਦਾ ਡਾਢਾ ਤੇਜ਼ ਤਰਾਰ ਹੈ ਸੋਹਣ ਰਾਹੀ ਗਜ਼ਲ ਕਹੇ ਤਾਂ ਸ਼ੋਲਾ ਹੈ ਬਣ ਜਾਂਦਾ ਗਜ਼ਲ ਕਹੇ ਤਾਂ ਸ਼ੋਲਾ ਹੈ ਬਣ ਜਾਂਦਾ ਉਂਝ ਤਾਂ ਠੰਡਾ ਠਾਰ ਹੈ ਸੋਹਣ ਰਾਹੀ ਗਜ਼ਲ ਕਹੇ ਤਾਂ ਸ਼ੋਲਾ ਹੈ ਬਣ ਜਾਂਦਾ ਉਂਝ ਤਾਂ ਠੰਡਾ ਠਾਰ ਹੈ ਸੋਹਣ ਰਾਹੀ ਉਸ ਬਿਨ ਕਾਹਦਾ ਕੋਈ ਕਵੀ ਸੁਮੇਲਨ ਉਸ ਬਿਨ ਕਾਹਦਾ ਕੋਈ ਕਵੀ ਸੁਮੇਲਨ ਮਹਿਫਲ ਦਾ ਸ਼ਿੰਗਾਰ ਹੈ ਸੋਹਣ ਰਾਹੀ ਉਸ ਬਿਨ ਕਾਹਦਾ ਕੋਈ ਕਵੀ ਸੁਮੇਲਨ ਮਹਿਫਲ ਦਾ ਸ਼ਿੰਗਾਰ ਹੈ ਸੋਹਣ ਰਾਹੀ ਤੂੰ ਸ਼ੇਰ ਸੁਣਨਾ ਦੋਸਤੋ ਕਿ ਸਭ ਤੋਂ ਪਹਿਲਾਂ ਕਵਿਤਾ ਪੜ੍ਹਨੀ ਚਾਹੁੰਦਾ ਇੱਕ ਪ੍ਰੋਗਰਾਮ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਦਾ ਪ੍ਰੋਗਰਾਮ ਸੀ ਇਹ ਨਾ ਖੂੰਜੇ ਜਿਹਾ ਲਾ ਕੇ ਬਿਲਕੁਲ ਉਦਾਸ ਖੜੇ ਸੀ ਰੋਜ਼ ਰਾਹੀ ਸਾਹਿਬ ਮੈਂ ਕੀ ਹੋਇਆ ਕਹਿੰਦੇ ਪਹਿਲਾਂ ਦੂਜੇ ਨੂੰ ਕਿਉਂ ਬੁਲਾਤਾ ਮੈਂ ਪੜ੍ਹਨੀ ਸੀ ਪਹਿਲਾਂ ਦੱਸ ਕਿ ਸਭ ਤੋਂ ਪਹਿਲਾਂ ਕਵਿਤਾ ਪੜ੍ਹਨੀ ਚਾਹੁੰਦਾ ਕਰ ਲੈਂਦਾ ਤਕਰਾਰ ਹੈ ਸੋਹਣ ਰਾਹੀ ਸਭ ਤੋਂ ਪਹਿਲਾਂ ਕਵਿਤਾ ਪੜ੍ਹਨੀ ਚਾਹੁੰਦਾ ਕਰ ਲੈਂਦਾ ਤਕਰਾਰ ਹੈ ਸੋਹਣ ਰਾਹੀ ਖਬਰਸਾਰ ਉਹ ਰੱਖਦਾ ਦੁਨੀਆਂ ਭਰ ਦੀ ਖਬਰਸਾਰ ਉਹ ਰੱਖਦਾ ਦੁਨੀਆਂ ਭਰ ਦੇ ਪੜ੍ਹਦਾ ਨਿੱਤ ਅਖਬਾਰ ਹੈ ਸੋਹਣ ਸੁਸ਼ਮਾ ਜੀ ਇੱਕ ਸ਼ੇਅਰ ਹੈ ਇਹਨਾਂ ਵਾਸਤੇ ਕਿ ਸੋਚ ਸਮਝ ਕੇ ਦਾਰੂ ਨੂੰ ਹੱਥ ਲਾਉਂਦਾ ਹੈ ਸੋਚ ਸਮਝ ਕੇ ਦਾਰੂ ਨੂੰ ਹੱਥ ਲਾਉਂਦਾ ਕਰ ਦਿੰਦਾ ਇਨਕਾਰ ਹੈ ਸੋਹਣ ਤੋ ਸ਼ੇਅਰ ਹੈ ਦੋਸਤੋ ਕਿ ਕਦੇ ਕਦਾਈ ਗੁਰੂ ਦੁਆਰੇ ਜਾਂਦਾ
ਕਦੇ ਕਦਾਈ ਗੁਰੂ ਦੁਆਰ ਜਿੱਥੇ ਕਵਿਤਾ ਪੜ੍ਹਨੀ ਹੋਵੇ ਇਹ ਵੀ ਮੇਰੇ ਵਰਗੀ ਆ ਕਦੇ ਕਦਾਈ ਗੁਰੂ ਦੁਆਰੇ ਜਾਂਦਾ ਹੁੰਦਾ ਜੋ ਸਰਦਾਰ ਹੈ ਸੋਹਣ ਹੁੰਦਾ ਜੋ ਸਰਦਾਰ ਹੈ ਸੋਹਣ ਰਾਹੀ ਕਿ ਬਿਪਤਾ ਵਾਲੇ ਬੱਦਲ ਜੇ ਛਾਵਣ ਬਿਪਤਾ ਵਾਲੇ ਬੱਦਲ ਜੇ ਛਾਵਣ ਛਾ ਜਾਵਣ ਮਨ ਦਾ ਨਹੀਂਓ ਹਾਰ ਹੈ ਸੋਹਣ ਬਿਪਤਾ ਵਾਲੇ ਬੱਦਲ ਹਰ ਇੱਕ ਤੇ ਆਉਂਦੇ ਨੇ ਬਿਪਤਾ ਵਾਲੇ ਥੌਮਸ ਹਾਰਡੀ ਨੇ ਕਿਹਾ ਨਾ ਕਿ ਹੈਪੀਨੈਸ ਇਜ਼ ਓਕੇਜ਼ਨਲ ਐਪੀਸੋਡ ਇਨ ਦਾ ਜਨਰਲ ਡਰਾਮਾ ਆਫ ਲਾਈਫ ਜ਼ਿੰਦਗੀ ਵਿੱਚ ਖੁਸ਼ੀਆਂ ਘੱਟ ਹੁੰਦੀਆਂ ਗਮੀਆਂ ਬਹੁਤੀਆਂ ਹੁੰਦੀਆਂ ਕਿ ਬਿਪਤਾ ਵਾਲੇ ਬੱਦਲ ਜੇ ਛਾ ਜਾਵਣ ਮਨ ਦਾ ਨਹੀਂ ਉਹ ਹਾਰ ਹੈ ਸੋਹਣ ਰਾਹੀ ਤੋ ਦੋਸਤੋ ਲੱਗਦਾ ਹੈ ਕਿ ਸਾਥੀ ਦਾ ਉਹ ਕਲਮੀ ਮਿੱਤਰ ਪਿਆਰਾ ਸਾਥੀ ਦਾ ਉਹ ਕਲਮੀ ਮਿੱਤਰ ਪਿਆਰਾ ਉਸਦਾ ਰਿਸ਼ਤੇਦਾਰ ਹੈ ਸੋਹਣ ਸਾਥੀ ਦਾ ਇਹ ਸੱਚੀ ਦੀ ਗੱਲ ਹੈ ਇਜ਼ ਐਕਚੁਲੀ ਇਜ਼ ਮਾਈ ਡਿਸਟੈਂਟ ਕਜ਼ਨ ਬ੍ਰਦਰ ਔਰ ਉਹਦਾ ਰਿਸ਼ਤੇ ਕਵੀ ਸਾਰੇ ਰਿਸ਼ਤੇਦਾਰ ਹੀ ਹੁੰਦੇ ਇੱਕ ਪੰਜਾਬੀ ਦਾ ਕਵੀ ਸੀ ਚੌਂਕੀ ਮੈਂ ਨਾਂ ਭੁੱਲ ਗਿਆ ਉਹਦਾ ਕੀ ਨਾਂ ਸੀ ਉਹ ਕਵੀ ਸੀਗੇ ਜੀ ਉਹ ਬਹੁਤ ਮਸ਼ਹੂਰ ਹੁਣ ਤਾਂ ਵਿਚਾਰੇ ਨਹੀਂ ਇਸ ਦੁਨੀਆਂ 'ਤੇ ਉਹ ਏਅਰਪੋਰਟ 'ਤੇ ਆਇਆ ਅਤੇ ਉਹ ਇਮੀਗ੍ਰੇਸ਼ਨ ਆਫਿਸਰ ਨੇ ਉਹਨੂੰ ਰੋਕ ਲਿਆ ਉਹ ਕਹਿੰਦੇ ਵੀ ਤਾਂ ਤੈਨੂੰ ਅੰਦਰ ਜਾਣਾ ਜੇ ਆਪਣੇ ਰਿਸ਼ਤੇਦਾਰ ਮੈਨੂੰ ਦੱਸੇ ਕਿੰਨੇ ਆ ਉਹ ਕਹਿੰਦੇ ਉਹਨੂੰ ਕਾਗਜ਼ ਦਿਓ ਇੱਕ ਉਹਨੇ A4 ਦੇ ਪੇਪਰ ਦੇ ਉੱਤੇ 50 ਨਾਮ ਲਿਖ ਦਿੱਤੇ ਕਹਿੰਦਾ ਇੰਨੇ ਰਿਸ਼ਤੇਦਾਰ 'ਚ ਕੀ ਲੱਗਦੇ ਤੇਰੇ ਕਹਿੰਦੇ ਮੈਂ ਕਵਿਤਾ ਲਿਖਦਾ ਉਹ ਵੀ ਲਿਖਦੇ ਆ ਕਿ ਸਾਥੀ ਦਾ ਉਹ ਕਲਮੀ ਮਿੱਤਰ ਪਿਆਰਾ ਉਸਦਾ ਰਿਸ਼ਤੇਦਾਰ ਹੈ ਸੋਹਣ ਰਾਹੀ ਤੋ ਮਿੱਤਰ ਪਿਆਰਾ ਯਾਰ ਹੈ ਸੋਹਣ ਰਾਹੀ ਸਭ ਨੂੰ ਕਰਦਾ ਪਿਆਰ ਹੈ ਸੋਹਣ ਰਾਹੀ ਗੋਡ ਬਲੈਸ ਯੂ ਮੇ ਜੋ ਹੈਵ ਮੈਨੀ ਮੋਰ ਥੈਂਕ ਯੂ ਸੋ ਓਕੇ ਥੈਂਕ ਯੂ ਥੈਂਕ ਯੂ ਸਾਥੀ ਜੀ ਔਰ